ਅਸਲਾਮ ਵਾਲੇ ਕੋ ਮਾਰੇ ਸੋਣੇ ਬਣਾ ਪਰ ਉਮੀਦ ਕਰਨੀ ਉਸ ਖੈਰੀਤ ਨਾਲ ਉਸੋ ਅੱਜ ਅਸਾਂ ਇੱਕ ਬਹੁਤ ਮਜ਼ੇਦਾਰ ਚੀਜ਼ ਪਰ ਬਣਾਣੇ ਗਏ ਆਂ ਸਵੇਰ ਦੇ ਨਾਸ਼ਤੇ ਆਸਤਾ ਹੈ ਪੈਣੋ ਪਰ ਬਹੁਤ ਹੀ ਆਸਾਨ ਤੇ ਫਟਾਫਟ ਬੰਨਨੇ ਵਾਲੀ ਰੈਸਪੀ ਅੱਜ ਅਸਾਂ ਨਾਸ਼ਤਾ ਬਣਾਣੇ ਗਏ ਆਂ ਟਮਾਟਰਾਂ ਤੇ ਅੰਡਿਆਂ ਨਾਲ ਫ੍ਰੀਜ਼ ਟਮਾਟਰਾਂ ਕੀ ਅਸਾਂ ਚੁਟਕੀ ਕਿੰਸਾ ਲੰਗਰੀਚ ਪੈਣੋ ਪਰ ਅੱਛੀ ਤਰਾਈ ਨਾਲ ਕੀ ਬਰੀਕ ਬਰੀਕ ਚੁਟਕੀ ਕਿੰਸਾ ਤੁਸਾਂ ਗ੍ਰੈਂਡ ਵੀ ਗਏ ਸਕਨੇ ਹੋ ਨੋਰਮਲ ਟਮਾਟਰ ਕੀ ਨਹੀਂ ਤੇ ਅਸਾਂ ਤਾਂ ਦੇਸੀ ਦਾ ਕੰਮ ਕੀਤਾ ਫ੍ਰੀਜ਼ਡ ਟਮਾਟਰਾਂ ਕੀ ਲੰਗਰੀਜ਼ ਬਾਈ ਤੇ ਚੰਗੀ ਤਰ੍ਹਾਂ ਅਸਾਂ ਚੁਟਟੀ ਕੀਤਾ ਚੰਗੀ ਤਰ੍ਹਾਂ ਬਰੀਕ ਬਰੀਕ ਪਿਸਨੇ ਤੋਂ ਬਾਅਦ ਅਸਾਂ ਇਸ ਕੀ ਫ੍ਰੈਂਕ ਪੈਨ ਇਸ ਕਟਿੰਗ ਇਨਸਾਂ ਅਸਾਂ ਕੁਲ ਗਰੀਬ ਜ਼ਫਰਾਨ ਫ੍ਰੈਂਕ ਪੈਨਾਂ ਤੇ ਕਾਈਂਡਲੀ ਬੈਡ ਕਮੈਂਟ ਕਰੀ ਤਾਂ ਅਸਾਂ ਨੇ ਹੌਸਲਾ ਸ਼ਿਕਨੀ ਨਾ ਕਰਿਆ ਇਹ ਪਹਿણો ਪ੍ਰੋ ਫ੍ਰੀਜ਼ਡ ਟਮਾਟਰਾਂ ਕੀ ਚੁਟਟੀ ਦਾ ਅਸਾਂ ਇਹਨਾਂ ਦਾ ਪੇਸਟ ਫ੍ਰੈਂਕ ਪੈਨ ਇਸ ਬਾਈ ਕੀਤਾ ਤਾਂ ਹੁਣ ਅਗ ਬਾਲੀ ਤੇ ਇਹਨਾਂ ਕੀ ਅਸਾਂ ਥੋੜੀ ਦੇਰ ਪਕਾਸਾਂ ਆਂ ਜਿਸ ਨੀ ਅਸਾਂ ਦਰਮਿਆਨੀ ਰਖਸਾਂ ਤਾਂ ਕਿ ਸੜਨ ਨਾ ਬਸ ਪਾਣੀ ਨਾ ਨਾ ਸੁੱਕੀ ਕਛ ਹੈ ਤੇ ਥੋੜੀ ਦੇਰ ਅਸਾਂ ਇਸ ਕੀ ਅਗੀ ਪਰ ਰਹਿੰਦੇ ਸਾਂ ਪਾਣੀ ਸੁਕਣੇ ਆਸਤੇ ਐ ਤਾਂ ਕੋਈ ਨਾ ਪਾਣੀ ਸੁੱਕੀ ਗਿਆ ਹੁਣ ਅਸਾਂ ਇਸ ਨੇ ਬਾਣ ਲਗੇ ਆ ਤੇਲ ਕੁਕਿੰਗ ਆਇਲ ਦੋ ਚਮਚ ਅਸਾਂ ਇਸ ਨੇ ਕੁਕਿੰਗ ਆਇਲ ਨਹੀਂ ਪਾਸਾਂ ਫਿਰ ਇਸ ਕੀ ਮਿਕਸ ਕਰਸਾਂ ਚੰਗੀ ਤਰੀਕੇ ਨਾਲ ਅਸਾਂ ਇਸ ਕੀ ਲਾਣੇ ਆ ਨਾਲ ਨਾਲ ਤਾਂ ਤੁਸਾਂ ਕੋਲ ਇਹ ਗੱਲ ਪੁੱਛਣੀ ਆ ਸੰਗੀ ਦੱਸੋ ਕਿ ਤੁਸਾਂ ਇਹ ਟਮਾਟਰ ਵਾਲਾ ਅੰਡਾ ਪਹਿਲੇ ਖਾਦਾ ਵਾਇਆ ਨਹੀਂ ਕਮੈਂਟਾਈਜ਼ ਲਾਜ਼ਮੀ ਦੱਸਿਓ ਅਤੇ ਕੁਝ ਹੋ ਗਿਆ ਮਿਕਸ ਹੁਣ ਅਸਾਂ ਇਸਨੂੰ ਪਾਸਾ ਲੂਣ ਮਰਚਾ ਹਸਬੇ ਜ਼ਰੂਰਤ ਤੁਸੀਂ ਇਸਨੇ ਲੂਣ ਪਾਈ ਗਿਨੋ ਜਿਸकी उर्दू जहने नमक नमक ਪਾਣੇ ਤੋਂ ਬਾਅਦ ਅਸਾਂ ਇਸਨੇ ਥੋੜੀ ਜੀ ਬਾਸਾ ਹਸਬੇ ਜ਼ਰੂਰਤ ਹਲਦੀ ਅਲਦੀ ਬਾਣੇ ਤੋਂ ਬਾਅਦ ਅਸਾਂ ਇਸਨੇ ਇਸ ਪਾਸਾ ਤਨੀਆ ਪਾਊਡਰ ਜੇ ਅਗਰ ਤੁਸੀਂ ਕਿ ਤਨੀਆ ਪਾਊਡਰ ਨਹੀਂ ਪਸੰਦ ਤੁਸੀਂ ਇਸ ਕਿ ਸਕਿਪ ਕਰ ਸਕਨੇ ਹੋ ਇਸ ਤੋਂ ਬਾਅਦ ਅਸਾਂ ਇਸਨੇ 2 ਚਮਚਾ ਅੱਧੀ ਚਮਚ ਮਰਚਾ ਨੀ ਮਸਾਲੇ ਪਾਣੇ ਤੋਂ ਬਾਅਦ ਅਸਾਂ ਇਸ ਕੀ ਚੰਗੀ ਤਰ੍ਹਾਂ ਲਾਸਾ ਤਾਂ ਕਿ ਸਾਰਾ ਮਿਕਸ ਹੋ ਗਿਚੇ ਪੈਣਾ ਬਰ ਬਹੁਤ ਹੀ ਆਸਾਨ ਤੇ ਇਜ਼ੀ ਟੂ ਕੁਕ ਰੈਸਿਪੀ ਹੈ ਤੁਸੀਂ ਇੱਕ ਵਾਰ ਇਸਕੀ ਜ਼ਰੂਰ ਟ੍ਰਾਈ ਕਰਿਆਏ ਤੇ ਜੇ ਅਗਰ ਤੁਸੈ ਸਵਾਦ ਨਾ ਆਇਆ ਤੇ ਦੂਈ ਦਫਾ ਕਿਸੇ ਹੋਰ ਨੇ ਤੂੰ ਪਕਵਾਇ ਕਿ ਨਹੀਂ ਆਇ ਸ਼ਾਇਦ ਸਵਾਦ ਆ ਰਵੇ ਤਾਂ ਹੁਣ ਬਸ ਅਸਾਂ ਇਸਨੇ ਅੰਡਾ ਤੁਸੀਂ ਦੋ ਵੀ ਪਾਈ ਸਕਦੇ ਹੋ ਅਸਾਂ ਥੋੜੇ ਇਸ ਮਾਰਿਆ ਅਸਾਂ ਇੱਕ ਹੀ ਪਾਇਆ ਅੰਡਾ ਬਾਣੇ ਤੋਂ ਬਾਅਦ ਅਸਾਂ ਇਸਨੇ ਗਰੀ ਕੀ ਪੰਸਾਂ ਤੇ ਇਸਕੀ ਚੰਗੀ ਤਰ੍ਹਾਂ ਲਾਸਾਂ ਅਲਾਈ ਤੇ ਇਸਕੀ ਸਾਰਾ ਮਿਕਸ ਕਰਸਾਂ ਆਦਾ ਗੋਦੀ ਇਸਨਾਂ ਟਮਾਟਰ ਨਾਲ ਤਿਆਰ ਹੋ ਗਿਆ ਅਸਾ ਲਗੇ ਹੈ ਇਸकी खान ਤੇ ਤੁਸੀਂ इसकी ट्राई एक दफा जरूर करें आए ਤੇ ਵੀਡੀਓ पसंद आई है तो इसकी लाइक शेयर कमेंट करी ਪਟਵਾਰੀ ਕਲਚਰ ਨਾਲ ਆਪਣੀ ਮੁਹਬਤ ਦਾ ਇਜ਼ਹਾਰ जरूर ਕਰਿਏ ਅੱਲਾ ਹਾਫਿਜ਼